Yes, good morning, 9th B, online and offline students. बच्चे listen, आपका करना है कहानी जन्मदिन, तुसी पहला कीती हुई है, ठीक है? Short questions असी कीती हुई ने, but extra questions और लेखक दे बारे जानकारी, right? So, अपनी तुसी fair copy और या तुसी assignment copy लगाई हुई है, वो निकाल लो, ठीक है? लिखना हर एक ने है, online students, तुसी भी लिखना है, okay? So, listen, पहला जन्मदिन कहानी विच किहा की गया है, किसे नु पता है? ठीक है, ऑनलाइन स्टूडेंट्स ऑफलाइन कहानी जन्मदिन विच किहा की गया है, थोड़ा बहुत किसी ने कुछ आइडिया होए, दिया ने दस दिता, ठीक है, गुड। ठीक है, गुड। पनिका, स्टार्ट योर वीडियो फर्स्ट। पनिका, हाँ जी पनिका, यस मैम, कहानी जन्मदिन दे विच सानू ऐ दस्या गया है कि सानू कदे भी अपनी उम्मीद दा फायदा नहीं चुकना चाहिदा, ते किसी भी छोटे किसी नू भी अपने तो छोटा नहीं समझना चाहिदा, क्योंकि हर एक दियां अपनियां भावनावां हुंदियां हन। ओके, हाँ जी अश्मित, अभिषेक, अभिषेक दसो, दो तीन लाइनां तुसीं सुन लईआं, की क्या है गया है, दसो विषय की है, मतलब ठीक है बच्चे, जन्मदिन कहानी विच देखो एक लड़का सी जिहदा नाम की सी ज्योति प्रसाद, ओ बहुत ज्यादा इंटेलिजेंट सी, उहदे पिता दा की नाम सी जुगल प्रसाद, ठीक है, जुगल प्रसाद अमीर फैमिली ना बिलोंग करदा सी कि गरीब दे नाल, गरीब दे नाल, ओ अपने बच्चे नू बहुत वधिया स्कूल विच पाना चाहुंदा सी, क्योंकि ओ डेली आंदा जांदा देखदा सीगा कि बाकी बच्चे किन्ने अच्छे तरीके दे नाल ना यूनिफॉर्म वगैरह पाई हुंदी, किन्ने अच्छे तरीके नाल ड्रेसअप हुंदे ने, बोलदे चालदे ने, ठीक है, ते उहनूं लगदा सीगा कि मेरा मुंडा भी एक वधिया स्कूल दे विच जाएगा, मतलब ओ बहुत ज्यादा ओहदी इह इच्छा सी, ते ओहदी तनखाह किन्नी सी, ओहदी तनखा किन्नी सी, 150, 5 रुपए ओहदी तनखा वधी सी, ते ओहदी जिहड़ी पत्नी सी देवकी, ठीक है, ओह कहिंदी सीगी कि जे 5 रुपए वध गए हन ते क्यों ना आपां हुण देखो कई वारी हुंदा ना इंक्रीमेंट लग जांदा है ना, ते इंक्रीमेंट विच जिहड़े बाकी लोकी हुंदे ने परिवार दे, ओह कहिंदे ने कि इंक्रीमेंट लगा आपां आ वी खरीद लैणे, आ वी खरीद लैणे, हुण देवकी भी नैचुरली ਉਹ ਵੀ ਕਹਿੰਦੀ ਸੀਗੀ ਕਿ 5 ਰੁਪਏ ਇੰਕਰੀਮੈਂਟ ਲੱਗਾ, 5 ਰੁਪਏ ਉਸ ਟਾਈਮ ਤੇ ਬਹੁਤ ਹੁੰਦੇ ਸੀਗੇ, ਠੀਕ ਹੈ, ਉਹਨੂੰ ਲੱਗਦਾ ਸੀਗਾ ਕਿ ਅਸੀਂ ਆ ਵੀ ਖਰੀਦ ਲਵਾਂਗੇ, ਆ ਵੀ ਖਰੀਦ ਲਵਾਂਗੇ, ਪਰ ਜਿਹੜਾ ਜੁਗਲ ਪ੍ਰਸਾਦ ਸੀ ਉਹ ਕਹਿੰਦਾ ਹੈ ਕਿ ਮੈਂ ਸਾਰੀ ਦੀ ਸਾਰੀ ਇਹ ਜਿਹੜੀ ਸੇਵਿੰਗ ਹੈ ਮੈਂ ਆਪਣੇ ਮੁੰਡੇ ਦੀ ਪੜ੍ਹਾਈ ਤੇ ਲਗਾ ਦੇਣੀ, ਫਿਰ ਉਹਨੇ ਇੱਕ ਵਧੀਆ ਸਕੂਲ ਦੇ ਵਿੱਚ ਉਹਦਾ ਦਾਖਲਾ ਕਰਵਾਇਆ, ਠੀਕ ਹੈ, ਜਿੱਥੇ ਜੋਤੀ ਪੜ੍ਹਨ ਵਿੱਚ ਕਿਸ ਤਰ੍ਹਾਂ ਦਾ ਸੀ, ਹੁਸ਼ਿਆਰ ਸੀ, ਤੇ ਉਹਨੇ ਆਪਣੇ ਪਿਤਾ ਦੀਆਂ ਉਮੀਦਾਂ ਨੂੰ ਵੀ ਪੂਰਾ ਕਰਕੇ ਦਿਖਾਇਆ, ਠੀਕ ਹੈ, ਫਿਰ ਇੱਕ ਦਿਨ ਪ੍ਰਿੰਸੀਪਲ ਜਿਹੜੇ ਸਨ ਉਹਨਾਂ ਨੇ ਕਿਹਾ ਕਿ ਤੁਹਾਡੇ ਮੁੰਡੇ ਨੇ ਕੀ ਕਰਨਾ ਹੈ, ਇੱਕ ਇਹਦੇ ਵਿੱਚ ਪ੍ਰਧਾਨ ਮੰਤਰੀ ਨਹੀਂ ਆਪਾਂ ਲਿਖਣਾ, ਠੀਕ ਹੈ, ਸੋਰੀ, ਮੰਤਰੀ ਦੇ ਗਲ ਵਿੱਚ ਹਾਰ ਪਾਉਣਾ ਹੈ ਜੋ ਕਿ ਉਸ ਪ੍ਰਾਂਤ ਦਾ ਮੰਤਰੀ ਹੈ, ਤੇ ਉਹਦੇ ਲਈ ਜੋਤੀ ਜਿਹੜਾ ਹੈ ਉਹ ਸਿਲੈਕਟ ਹੋਇਆ ਸੀ, ਠੀਕ ਹੈ, ਤੇ ਉਹ ਜਿੰਨੇ ਵੀ ਫੈਮਿਲੀ ਦੇ ਸਨ ਉਹ ਬਹੁਤ ਜ਼ਿਆਦਾ ਖੁਸ਼ ਹੋਏ ਕਿ ਸਾਡੇ ਬੇਟੇ ਨੂੰ ਇੰਨਾ ਵੱਡਾ ਕੰਮ ਕਰਨ ਦਾ ਮੌਕਾ ਮਿਲਿਆ, ਹਨਾ, ਇੰਨੇ ਵੱਡੇ ਪਰਸਨ ਉਹ ਹਾਰ ਪਾਏਗਾ, ਤੇ ਉਹ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ, ਉਹ ਕਾਫੀ ਕੁਛ ਕਰਦੇ ਨੇ, ਕਾਫੀ ਹੀਲੇ ਵਸੀਲੇ ਕਰਦੇ ਨੇ, ਕਿਸੇ ਤੋਂ ਉਹ ਕੱਪੜਾ ਲੈ ਕੇ ਆਉਂਦਾ ਹੈ ਉਹਦੀ ਨਿੱਕਰ ਸਵਾਉਣ ਦੇ ਲਈ, ਦਰਜੀ ਨੂੰ ਕਹਿੰਦਾ ਹੈ, ਦਰਜੀ ਨੂੰ ਕਿਹੜਾ ਦਿਨ ਦਿੰਦਾ ਉਹ, ਸ਼ਨੀਵਾਰ ਦਾ, ਠੀਕ ਹੈ,
ਤੇ ਮੰਤਰੀ ਦੇ ਗੱਲ ਵਿੱਚ ਹਾਰ ਕਿਹੜੇ ਦਿਨ ਪਾਣਾ ਸੀ? ਐਤਵਾਰ ਦੇ ਦਿਨ। ਫਿਰ ਉਹ ਕੀ ਕਰਦੇ ਨੇ, ਫੋਟੋਗ੍ਰਾਫਰ ਦਾ ਇੰਤਜ਼ਾਮ ਕਰ ਲੈਂਦੇ ਨੇ ਤੇ ਉਹਦੀ ਵਾਈਟ ਸ਼ਰਟ ਵਗੈਰਾ ਸਭ ਕੁਛ ਕਰ ਲੈਂਦੇ ਨੇ, ਅਰੇਂਜਮੈਂਟ ਕਰਦੇ ਨੇ। ਪਰ ਉਹ ਜਦੋਂ ਉੱਥੇ ਪਹੁੰਚਦਾ ਹੈ ਤਾਂ ਇੱਕ ਅਮੀਰ ਪਰਸਨ, ਠੀਕ ਹੈ, ਸੇਠ ਲਖਪਤ ਰਾਏ ਦਾ ਜਿਹੜਾ ਮੁੰਡਾ ਹੁੰਦਾ ਹੈ, ਉਹ ਸਟੇਜ ਤੇ ਚੜ ਜਾਂਦਾ ਜੋਤੀ ਦੀ ਜਗ੍ਹਾ। ਕਿਉਂ ਚੜਦਾ ਆ? ਕਿਉਂਕਿ ਉਹਦੇ ਕੋਲ ਪੈਸੇ ਹੁੰਦੇ ਹਨ, ਪੈਸੇ ਦਾ ਰੋਪ ਕਰਕੇ, ਠੀਕ ਹੈ, ਪੈਸੇ ਦੇ ਰੋਪ ਕਰਕੇ ਗਰੀਬ ਲੋਕਾਂ ਦੀਆਂ ਸਦਰਾਂ ਜਿਹੜੀਆਂ ਨੇ ਉਹ ਦਬਾ ਦਿੱਤੀਆਂ ਜਾਂਦੀਆਂ ਨੇ, ਤਾਂ ਉਹ ਆਪਣੇ ਬੱਚੇ ਨੂੰ ਉੱਤੇ ਸਟੇਜ ਤੇ ਚੜਾ ਦਿੰਦਾ ਆ, ਠੀਕ ਹੈ। ਫਿਰ ਐਂਡ ਤੇ ਜੋਤੀ ਰੋਂਦਾ ਹੋਇਆ ਘਰ ਆਉਂਦਾ, ਉਹਦੀ ਫੈਮਿਲੀ ਬਹੁਤ ਐਕਸਾਈਟਡ ਹੁੰਦੀ ਹੈ, ਉਹਨੂੰ ਉਡੀਕਦੀ ਹੈ ਉਹ ਤੋਂ ਪੁੱਛਿਆ ਜਾਵੇ, ਪਰ ਉਹ ਰੋਂਦਾ ਰੋਂਦਾ ਘਰ ਆਉਂਦਾ ਤੇ ਪ੍ਰਿੰਸੀਪਲ ਸਾਰਾ ਕੁਛ ਦੱਸ ਦਿੰਦਾ ਆ, ਠੀਕ ਹੈ। ਫਿਰ ਐਂਡ ਤੇ ਕੀ ਹੁੰਦਾ ਆ, ਉਹਨੂੰ ਜਿਹੜਾ ਉਹ ਕਹਿੰਦਾ ਕਿ ਅੱਜ ਮੰਤਰੀ ਦਾ ਜਨਮ ਦਿਨ ਨਹੀਂ ਹੈ, ਅੱਜ ਮੇਰਾ ਜਨਮ ਦਿਨ ਹੈ। ਕੌਣ ਕਹਿੰਦਾ ਹੈ? ਜੋਤੀ ਕੇ ਜੁਗਲ ਪ੍ਰਸਾਦ, ਜੁਗਲ ਪ੍ਰਸਾਦ ਕਹਿੰਦਾ, ਕਹਿੰਦਾ ਅੱਜ ਮੇਰਾ ਜਨਮ ਦਿਨ ਹੈ। ਜਨਮ ਦਿਨ ਉਹਦਾ ਨੀ ਹੁੰਦਾ, ਜਨਮ ਦਿਨ ਕਿਸ ਚੀਜ਼ ਦਾ? ਸੁੱਤੀਆਂ ਹੋਈਆਂ ਜੁਰਤ ਦਾ। ਉਹ ਮਤਲਬ ਕਹਿੰਦਾ ਸੀਗਾ ਕਿ ਜਿਹੜਾ ਅੱਜ ਤੱਕ ਮੈਂ ਅਮੀਰ ਲੋਕਾਂ ਦੇ ਥੱਲੇ ਦੱਬ ਕੇ ਰਿਹਾ ਸੀਗਾ, ਉਸ ਮੇਰੀਆਂ ਭਾਵਨਾਵਾਂ ਦਾ, ਸਦਰਾਂ ਦਾ ਅੱਜ ਜਨਮ ਹੈ। ਮਤਲਬ ਉਹਦੇ ਵਿੱਚ ਇੱਕ ਨਵਾਂ ਇਨਸਾਨ ਪੈਦਾ ਹੋਇਆ ਜਿਹੜਾ ਕਿ ਅੱਜ ਤੋਂ ਬਾਅਦ ਵਿੱਚ ਆਪਣੇ ਹੱਕ ਲਈ ਲੜੇਗਾ, ਠੀਕ ਹੈ। ਸੋ ਇਸ ਕਹਾਣੀ ਦਾ ਇਸ ਲਈ ਟਾਈਟਲ ਜਿਹੜਾ ਹੈ ਉਹ ਜਨਮਦਿਨ ਰੱਖਿਆ ਗਿਆ। ਐਪਰੋਪ੍ਰੀਏਟ ਟਾਈਟਲ ਹੈ ਕਿ ਨਹੀਂ ਹੈ? ਅਭਿਸ਼ੇਕ, ਐਪਰੋਪ੍ਰੀਏਟ ਹੈ ਟਾਈਟਲ? ਸਾਰੀ ਸਟੋਰੀ ਸੁਣਾਤੀ, ਦੱਸੋ ਕਿੱਦਾਂ ਐਪਰੋਪ੍ਰੀਏਟ ਹੈ? ਮੈਨੂੰ ਨੀ ਲੱਗ ਰਿਹਾ ਐਪਰੋਪ੍ਰੀਏਟ, ਤੁਹਾਨੂੰ ਲੱਗ ਰਿਹਾ? ਯੈਸ, ਕਿੱਦਾਂ? ਐਪਰੋਪ੍ਰੀਏਟ ਹੈ, ਹੈ ਕਿੱਦਾਂ ਹੈ? ਹੈਵਨ ਬੱਤਰਾ, ਦਲੇਰੀ ਤੇ ਉਹਦੀ ਬਹਾਦਰੀ ਦਾ ਜਨਮ ਦਿਨ ਸੀ, ਉਹਦੇ ਅੰਦਰ ਇੱਕ ਨਵੇਂ ਇਨਸਾਨ ਨੇ ਜਨਮ ਲਿਆ, ਠੀਕ ਹੈ। ਸੋ ਐਪਰੋਪ੍ਰੀਏਟ ਜਿਹੜਾ ਹੈ ਟਾਈਟਲ, ਜਦੋਂ ਵੀ ਦੇਖੋ ਇਹ ਚਾਹੇ ਤੁਹਾਨੂੰ ਪੁੱਛਿਆ ਨਹੀਂ ਜਾਂਦਾ, ਹਰ ਇੱਕ ਵਾਰੀ ਜਦੋਂ ਵੀ ਆਪਾਂ ਟਾਈਟਲ ਦਿੰਦੇ ਨਾ, ਪਹਿਲਾਂ ਹੁਣ ਦੇਖਿਆ ਕਰੋ ਕਿ ਐਪਰੋਪ੍ਰੀਏਟ ਹੈ ਕਿ ਨਹੀਂ ਹੈ, ਠੀਕ ਹੈ। ਪਹਿਲਾਂ ਪੁੱਛਿਆ ਕਰੋ ਟਾਈਟਲ ਦਾ ਮਤਲਬ ਕੀ ਹੈ। ਜਦੋਂ ਤੁਸੀਂ ਕੁਐਸਚਨ ਪੁੱਟ ਕਰਨਾ ਸ਼ੁਰੂ ਕਰੋਗੇ ਨਾ, ਇਹਦਾ ਮਤਲਬ ਹੈ ਤੁਸੀਂ ਡੈਪਥ ਵਿੱਚ ਜਾ ਕੇ ਉਸ ਦੇ ਬਾਰੇ ਪੜ੍ਹਦੇ ਹੋ, ਠੀਕ ਹੈ। ਇਹ ਨਹੀਂ ਕਿ ਟੀਚਰ ਨੇ ਪੜ੍ਹਾ ਦਿੱਤਾ, ਤੁਸੀਂ ਆਰਾਮ ਨਾਲ ਸੁਣ ਲਿਆ, ਓਕੇ ਡਨ, ਠੀਕ ਹੈ। ਏਦਾਂ ਨਾ ਕਰਿਆ ਕਰੋ, ਹਮੇਸ਼ਾ ਕੋਈ ਨਾ ਕੋਈ ਆਪਣੀ ਕੁਐਰੀ ਲੈ ਕੇ ਆਇਆ ਕਰੋ, ਕੁਐਰੀ ਸਿਲੇਬਸ ਨਾਲ ਰਿਲੇਟਡ, ਜੋ ਟੋਪਿਕ ਉਸ ਟਾਈਮ ਚੱਲ ਰਿਹਾ ਹੁੰਦਾ ਉਹਦੇ ਨਾਲ ਰਿਲੇਟਡ, ਠੀਕ ਹੈ ਨਾ। ਸੋ ਇੱਦਾਂ ਪੁੱਛਿਆ ਕਰੋ ਕਿ ਇਹਦਾ ਕਹਾਣੀ ਦਾ ਨਾਮ ਜਨਮ ਦਿਨ ਕਿਉਂ ਹੈ, ਟਾਈਟਲ ਐਪਰੋਪ੍ਰੀਏਟ ਹੈ ਕਿ ਨਹੀਂ ਹੈ। ਆਪਣੇ ਆਪ ਨੂੰ ਥੋੜਾ ਜਿਹਾ ਨਾ ਜਾਗਰੂਕ ਕਰਿਆ ਕਰੋ, ਠੀਕ ਹੈ। ਸੋ ਅੱਗੇ ਦੇਖੋ ਅਸਾਈਨਮੈਂਟ ਲਿਖਣੀ ਹੈ ਬੇਟਾ, ਲੇਖਕ ਦੇ ਬਾਰੇ ਜਾਣਕਾਰੀ। ਇਹ ਮੈਂ ਤੁਹਾਨੂੰ ਤਾਂ ਕਰਵਾ ਰਹੀ ਹਾਂ ਕਿਉਂਕਿ 10th ਵਿੱਚ ਜਾਂ ਤੁਹਾਨੂੰ ਹੁਣ ਵੀ ਪੁੱਛਿਆ ਜਾ ਸਕਦਾ ਹੈ ਲੇਖਕ ਦੇ ਬਾਰੇ ਵਿੱਚ, ਠੀਕ ਹੈ। ਸੋ ਰਾਈਟ ਡਾਊਨ ਫਸਟ ਕੁਐਸਚਨ, ਕਹਾਣੀਕਾਰ ਦਾ ਨਾਮ ਸਵਿੰਦਰ ਸਿੰਘ ਉੱਪਲ। ਯਾ ਪੁੱਛਿਆ ਜਾ ਸਕਦਾ ਹੈ ਜਨਮਦਿਨ ਕਹਾਣੀ ਕਿਸਦੀ ਰਚਨਾ ਹੈ, ਠੀਕ ਹੈ। ਸੋ ਤੁਹਾਨੂੰ ਕਹਾਣੀਕਾਰ ਦਾ ਨਾਮ ਵੀ ਪਤਾ ਹੋਣਾ ਚਾਹੀਦਾ ਹੈ। ਪਹਿਲਾਂ ਲਿਖੋ ਕਹਾਣੀਕਾਰ ਦਾ ਜਨਮ ਕਦੋਂ ਹੋਇਆ, 8 April 1924। ਹੁਣ ਦੇਖੋ ਤੁਹਾਡੀ ਬੁੱਕ ਉੱਤੇ ਅਪ੍ਰੈਲ ਏਦਾਂ ਲਿਖਿਆ ਹੋਇਆ ਹੈ, ਅਸੀਂ ਸ਼ੁੱਧ ਕਰੋ ਕਿਤੇ ਸੀ। ਅਭਿਸ਼ੇਕ, ਅਪ੍ਰੈਲ ਠੀਕ ਹੈ ਕਿ ਗਲਤ ਹੈ? ਠੀਕ ਹੈ ਮਿਲਨ, ਅਪ੍ਰੈਲ, ਅਭਿਸ਼ੇਕ ਅਸੀਂ ਸ਼ੁੱਧ ਕਰੋ ਬੇਟਾ ਜੀ, ਕਰ ਚੁੱਕੇ ਹਾਂ, ਅਪ੍ਰੈਲ ਦੇ ਸਪੈਲਿੰਗ ਇਹ ਹੈ, ਠੀਕ ਹੈ। ਪੌ ਦੇ ਪੈਰ ਵਿੱਚ ਰੋ ਨਹੀਂ ਆਉਣਾ, ਏਦਾਂ ਲਿਖਣਾ ਹੈ ਤੁਸੀਂ, 8 April 1924। ਡਨ ਫਸਟ ਕੁਐਸਚਨ। ਨੈਕਸਟ ਲਿਖੋ ਮਾਤਾ ਪਿਤਾ ਦਾ ਨਾਮ, ਫੁੱਲ ਫਲੈਜ ਕੁਐਸਚਨ ਬਣਾਉਣਾ, ਫੁੱਲ ਫਲੈਜ ਬਣਾ ਲਓ। ਮਾਤਾ ਪਿਤਾ ਦਾ ਨਾਮ ਲਿਖਣਾ ਉਹ ਤੁਹਾਡੀ ਇੱਛਾ, ਠੀਕ ਹੈ। ਮਾਤਾ ਪਿਤਾ ਦਾ ਨਾਮ ਹਮ
राइट। माता जयवंती ते पिता फकीर, हां जी वंती अलग है, फकीर सिंह लिख लो इनो, जयवंती फकीर सिंह, डन। ऑल स्टूडेंट्स डन, ओके। नेक्स्ट क्वेश्चन, जन्म किथे होया, कहानीकार दा जन्म किथे होया, पिंड दा नाम है तमियाल, जिला है रावलपिंडी, जो कि आजकल पाकिस्तान विच है, ठीक है। अगे लिख लो जन्म इना दा, जन्म स्थान पिंड तमियाल, जिला ठीक है। डन, नेक्स्ट लिखो कहानीकार ने दसवीं कित्थों, दसवीं कित्थों कीती, दसवीं हां जी आंदा, दसवीं कित्थों कीती सी अपने पिंड तो, ते पिंड दा नाम की सी, पिंड दा नाम तमियाल, ठीक है। दसवीं इन्होंने इथों प्राप्त की सी। नेक्स्ट इन्होंने देखो एमए की, दो अंग्रेजी दी एमए, इनू ना तुसी अगला क्वेश्चन बना लो, उत्ते ना हेडिंग दे दो विद्या, ठीक है। विद्या दे विच पहला लिख लो दसवीं, अलग अलग चाहे क्वेश्चन ना बनाओ, ओके, इको ही दे दो विद्या। पहला इन्होंने दसवीं की तमियाल तो, फिर इन्होंने अंग्रेजी की एम ए की, एम ए अंग्रेजी, कितों की, गार्डन कॉलेज रावलपिंडी, फिर विद्या दे विच इन्होंने हाँ जी एम ए की पंजाबी दी, उन्होंने की शिमले तो, जगह का नाम है, कॉलेज का नाम नहीं लिखा हुआ, ठीक है, शिमले तो, ओके लिख लो इनू। गार्डन कॉलेज रावलपिंडी तो इन्होंने एम ए अंग्रेजी की कीती, ते पंजाबी दी इन्होंने शिमले तो कीती, जेदे विच जगह दा नाम है, जिथों कीती ओदा नाम नहीं है, ठीक है जी। हो गया ऑनलाइन स्टूडेंट्स, ऑफलाइन ओके। मैं पूछने भी है बाद विच, नाल ही थोनों रिवाइज भी करवाया करने हैं, ठीक है। सो लिखो सारे जने, दो एमए कीते हैं इन्होंने, इंग्लिश दी ते पंजाबी दी, ओ इन्होंने कीते सी पंजाब दी वंड तो बाद विच, ठीक है। नेक्स्ट इहदे अंडर ही लिखो फोर्थ पॉइंट, विद्या दे विच ही
ਇਹਨਾਂ ਨੇ ਪੀਐਚਡੀ ਕੀਤੀ ਪੀਐਚਡੀ ਕੀਤੀ ਇਹਨਾਂ ਨੇ 1964 ਵਿੱਚ ਇਹਨਾਂ ਨੇ ਪੀਐਚਡੀ ਕੀਤੀ ਉਨੀ ਓਕੇ ਹਾਂ ਖਾਲਸਾ ਕਾਲਜ ਦਿੱਲੀ ਹਾਂਜੀ ਖਾਲਸਾ ਕਾਲਜ ਦਿੱਲੀ ਉਸ ਟਾਈਮ ਦੇ ਇਹ ਪ੍ਰੋਫੈਸਰ ਸਨ ਉਸ ਟਾਈਮ ਇਹ ਪ੍ਰੋਫੈਸਰ ਸਨ ਤੇ ਪ੍ਰੋਫੈਸਰ ਹੁੰਦੇ ਹੁੰਦੇ ਇਹਨਾਂ ਨੇ ਆਪਣੀ ਪੀਐਚਡੀ ਦੀ ਜਿਹੜੀ ਸਟੱਡੀ ਹੈ ਉਹ ਪੂਰੀ ਕੀਤੀ ਸੀ ਠੀਕ ਹੈ ਇਹਦੇ ਵਿੱਚ ਨਾ ਥੀਸਿਸ ਵਗੈਰਾ ਬਣਾਏ ਜਾਂਦੇ ਆ ਇੱਕ ਬੁੱਕ ਲਿਖੀ ਜਾਂਦੀ ਹੈ ਪ੍ਰੋਪਰਲੀ ਉਹਨੂੰ ਆਪਾਂ ਕਹਿੰਦੇ ਹਾਂ ਪੀਐਚਡੀ ਠੀਕ ਹੈ ਇੱਥੋਂ ਤੱਕ ਹੋ ਗਿਆ ਮਤਲਬ ਕਿ ਟੀਚਿੰਗ ਕਰਦੇ ਕਰਦੇ ਇਹਨਾਂ ਨੇ ਆਪਣੀ ਸਟੱਡੀ ਜਿਹੜੀ ਪੀਐਚਡੀ ਉਹ ਕੰਪਲੀਟ ਕੀਤੀ ਹੋ ਗਿਆ ਨੈਕਸਟ ਉਹ ਕਿਸ ਤਰ੍ਹਾਂ ਦੇ ਕਹਾਣੀਕਾਰ ਸਨ ਸਫਲ ਪੁੱਛਿਆ ਜਾ ਸਕਦਾ ਹੈ ਪ੍ਰਗਤੀਵਾਦੀ ਆਸ਼ਾਵਾਦੀ ਸਫਲ ਜਾਂ ਮਸ਼ਹੂਰ ਓਕੇ ਮਸ਼ਹੂਰ ਸਫਲ ਵੈਸੇ ਸੇਮ ਹੀ ਹੈ ਠੀਕ ਹੈ ਜਾਂ ਹੱਲੇ ਘਰ ਰਹੇ ਸੀਗੇ ਠੀਕ ਹੈ ਸੋ ਆਂਸਰ ਇਸ ਸਫਲ ਕਹਾਣੀਕਾਰ ਉਹ ਕਿਸ ਤਰ੍ਹਾਂ ਦੇ ਕਹਾਣੀਕਾਰ ਸਨ ਸਫਲ ਕਹਾਣੀਕਾਰ ਠੀਕ ਹੈ ਹੋ ਗਿਆ ਨੈਕਸਟ ਇਹਨਾਂ ਦੀਆਂ ਰਚਨਾਵਾਂ ਕਹਾਣੀ ਸੰਗ੍ਰਹਿ ਸੰਗ੍ਰਹਿ ਮੀਨਸ ਵੈਰੀ ਗੁੱਡ ਕੈਨ ਇਟ ਆਨਸਰ ਰਘੁਨ ਸਪਰਾ ਨੇ ਵੈਰੀ ਗੁੱਡ ਸੰਗ੍ਰਹਿ ਮੀਨਸ ਕੁਲੈਕਸ਼ਨ ਮਤਲਬ ਇਹਨਾਂ ਦੀਆਂ ਕਹਾਣੀਆਂ ਕਿੰਨੀਆਂ ਸਨ ਠੀਕ ਹੈ ਮਤਲਬ ਇੱਕ ਬੁੱਕ ਜਿਹਦੇ ਵਿੱਚ ਕਿੰਨੀਆਂ ਸਾਰੀਆਂ ਕਹਾਣੀਆਂ ਆ ਸਕਦੀਆਂ ਨੇ ਜਿਸ ਤਰ੍ਹਾਂ ਹੁਣ ਤੁਹਾਡੀ ਬੁੱਕ ਹੈ ਵਨਗੀ ਇਹਦੇ ਵਿੱਚ ਕਿੰਨੀਆਂ ਕਹਾਣੀਆਂ ਉਹ ਕੁਲੈਕਸ਼ਨ ਹੈ ਠੀਕ ਹੈ ਸੋ ਕਹਾਣੀ ਸੰਗ੍ਰਹਿ ਇਹਨਾਂ ਦੇ ਲਿਖ ਲਓ ਜੀ ਕੁੜੀ ਪੋਠੋ ਹਾਰ ਦੀ ਇਹ ਲਰਨ ਕਰ ਲਿਓ ਬਿਕੋਜ਼ ਤੁਹਾਨੂੰ ਕੋਈ ਵੀ ਪੁੱਛੀ ਜਾ ਸਕਦੀ ਹੈ ਜਾਂ ਬਾਕੀ ਰਾਈਟਰਸ ਦੀਆਂ ਦੇ ਕੇ ਠੀਕ ਹੈ ਇੱਕ ਇਹਨਾਂ ਦੀ ਆ ਸਕਦੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਰਚਨਾ ਇਹਨਾਂ ਦੀ ਹੈ ਕਹਿੰਦੇ ਮੁਨਾਰੇ ਭਰਾਵਾਂ ਦੇ ਦੁੱਧ ਤੇ ਬੁੱਧ ਆਪਣਾ ਦੇਸ ਪਰਾਇਆ ਦੇਸ ਇੱਕ ਵਾਰੀ ਗੋ ਥਰੂ ਹੋ ਜਾਓ ਨਾ ਇਹਨਾਂ ਨਾਲ ਹਾਲਾਂ ਵੀ ਨਾਸ ਨਹੀਂ ਹੋਇਆ ਹਾਲਾਂ ਵੀ ਵੀ ਮਤਲਬ ਵੈਸੇ ਤਾਂ ਵਾਵੇ ਦੇ ਨਾਲ ਹੁੰਦਾ ਪਰ ਕਹਾਣੀ ਦਾ ਨਾਮ ਹੈ ਆਪਾਂ ਚੇਂਜ ਨਹੀਂ ਕਰ ਸਕਦੇ ਲਕਸ਼ਮਣ ਰੇਖਾ ਕੱਚਾ ਰੰਗ ਕੁਸੰਭ ਦਾ ਕੱਚਾ ਰੰਗ ਕੁਸੰਭ ਦਾ ਵਾਸਾ ਸਵਰਗ ਦਾ
आदि। ਪੈਂਦੇ ਮੁਨਾਰੇ ਥੱਲੇ ਨੂੰ ਡਿੱਗ ਜਾਣੇ ਮੁਨਾਰੇ ਚਾਨਣ ਮੁਨਾਰੇ ਨਹੀਂ ਹੁੰਦਾ ਉਹ ਵਾਲਾ ਮਤਲਬ ਉਹਨਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਡੋਲ ਗਿਆ ਢਹਿ ਗਿਆ ਕਿਸ ਤੋਂ ਆਰੰਭ ਹੁੰਦੀਆਂ ਸੀ ਨਹੀਂ ਨਹੀਂ टेक्स्ट लिखो जी इस तो इलावा उना दिया कुछ होर पुस्तकां ठीक है अगे क्वेश्चन बना लो कुछ होर पुस्तकां ए सन इन्हां दे कहानी संग्रह कलेक्शन सी पूरी दी पूरी होर पुस्तकां देखो पंजाबी कहानीकार लिखो पंजाबी कहानीकार पंजाबी नावल विधि ते विचार पंजाबी कहानीकार पंजाबी नावल पंजाबी नावल इस तरह लिखना बेटा विधि ते विचार ठीक है नेक्स्ट नौ रंग सिंह जीवन ते रचना ए एदा ही पार्ट है बेटा ठीक है नौ रंग सिंह जीवन ते रचना पंजाबी नावल विधि ते विचार एक बुक का नाम है ठीक है अगे देखो दो बिंदियां पईयां होईयां राइट ए भी एक बुक का नाम है नौ रंग सिंह जीवन ते रचना ठीक है नेक्स्ट हाँ मैं थानू इतना कह रही हूं ना सपोज कि एक बुक का नाम आ गया ठीक है बाकी तीन होर किसी राइटर दी बुक से नाम आ गए तो थानू पता होना चाहिए ता ही मैं लिखवा रही हूं ना कि तुसी उनू टिक कर सकोगे ओके वसल नेक्स्ट है मेरी प्रतिनिधि रचना मेरी प्रतिनिधि क्या होता है प्रतिनिधि वसल प्रतिनिधि जो प्रतिनिधि कॉम्पिटिशन नहीं प्रतिनिधित्व नहीं सुनिया तुसी कभी कह सकते हो एक होर हुंदा है मतलब थोड़ा लीड करन वाला ठीक है नेक्स्ट है नाटक सिंह ते उसकी कला एक कोई बुक का नाम है नाटक सिंह नानक है ओके सॉरी नानक सिंह ते उसकी कला ओके बुक से नाम ने लिख लो हो गया ऑनलाइन स्टूडेंट्स डन नेक्स्ट देखो सम्मान अगला क्वेश्चन लिख लो सम्मान सम्मान मतलब अभिषेक सम्मान मतलब सम्मान हां जी गुड रिवॉर्ड्स मतलब इन्हां नूं कीड़ा सम्मान मिलिया ठीक है ते किन्ने दित्ता सम्मान पंजाबी साहित्य समीक्षा बोर्ड वालों दित्ता किन्ने पंजाबी साहित्य समीक्षा जो एनालिसिस करता है ठीक है बोर्ड जलंधर
ਵੱਲੋਂ ਪੁਸਤਕ ਕਿਹੜੀ ਹੈ? ਲਕਸ਼ਮਣ ਰੇਖਾ। ਠੀਕ ਹੈ, ਪੁਸਤਕ ਲਕਸ਼ਮਣ ਰੇਖਾ ਉੱਤੇ ਇਹਨਾਂ ਨੂੰ ਪੁਰਸਕ੍ਰਿਤ ਕੀਤਾ ਗਿਆ। ਠੀਕ ਹੈ, ਇਹਨਾਂ ਨੂੰ ਇਹ ਅਵਾਰਡ ਮਿਲਿਆ, ਸਨਮਾਨ ਇਹਨਾਂ ਨੇ ਦਿੱਤਾ ਸੀ ਇਸ ਬੁੱਕ ਲਈ। ਫਿਰ ਸੈਕਿੰਡ ਸਨਮਾਨ ਲਿਖੋ, ਹੋਰ ਸਨਮਾਨ ਇਹਨਾਂ ਨੂੰ ਕਿਹੜਾ ਮਿਲਿਆ? ਪੰਜਾਬੀ ਸਾਹਿਤ ਅਕਾਦਮੀ ਦਿੱਲੀ ਅਤੇ ਸੰਤ ਨਿਧਾਨ ਸਿੰਘ ਕੇਸਰ ਮੈਮੋਰੀਅਲ ਕਮੇਟੀ ਬੈਂਕਾਕ ਵੱਲੋਂ ਵੀ ਆਪ ਨੂੰ ਸਨਮਾਨਿਤ ਕੀਤਾ ਗਿਆ। ਇੰਨੇ ਵਾਲਿਆਂ ਵੱਲੋਂ, ਕਿਹਨਾਂ ਕਿਹਨਾਂ ਵੱਲੋਂ? ਪੰਜਾਬੀ ਸਾਹਿਤ ਅਕਾਦਮੀ, ਪੰਜਾਬੀ ਸਾਹਿਤ ਅਕਾਦਮੀ ਦਿੱਲੀ, ਵਸਲ ਹੁਣ ਕੌਂਦਰ ਲੈ ਕੇ ਆਓ, ਦਿੱਲੀ ਸੰਤ ਨਿਧਾਨ, ਦਿੱਲੀ ਅਲੱਗ ਹੈ, ਸੰਤ ਨਿਧਾਨ ਕੀਪ ਸਟੈਂਡਿੰਗ, ਸੰਤ ਨਿਧਾਨ ਸਿੰਘ। ਠੀਕ ਹੈ, ਦਿੱਲੀ ਅਲੱਗ ਹੈ, ਪੰਜਾਬੀ ਸਾਹਿਤ ਅਕਾਦਮੀ ਅਲੱਗ ਹੈ, ਇਹ ਜਿਹੜਾ ਮੈਂ ਲਿਖ ਰਹੀ ਹਾਂ ਹੁਣ ਪੂਰਾ ਹੀ ਹੈ। ਸੰਤ ਨਿਧਾਨ ਸਿੰਘ ਕੇਸਰ ਮੈਮੋਰੀਅਲ ਕਮੇਟੀ ਠੀਕ ਹੈ, ਇਹ ਅਲੱਗ ਹੈ। ਨੈਕਸਟ ਬੈਂਕਾਕ ਵੱਲੋਂ, ਬੈਂਕਾਕ ਵੱਲੋਂ ਸਨਮਾਨਿਤ ਕੀਤਾ ਗਿਆ, ਰਾਈਟ। ਇਹ ਬੇਟਾ ਮਤਲਬ ਬੁੱਕ ਸੀਗੀ ਨਾ, ਸੰਗ੍ਰਹਿ ਕੀ ਹੁੰਦਾ ਆ, ਕਲੈਕਸ਼ਨ, ਇਹਦੀ ਇੱਕ ਬੁੱਕ ਦਾ ਨਾਮ ਸੀ ਜਿਹਦੇ ਅੰਡਰ ਹੋਰ ਕਾਫੀ ਸਾਰੀਆਂ ਸਟੋਰੀ ਸੀਗੀਆਂ। ਠੀਕ ਹੈ, ਉਹਨੂੰ ਆਪਾਂ ਕਹਿੰਦੇ ਸੰਗ੍ਰਹਿ, ਰਾਈਟ। ਇਹ ਬੁੱਕ ਵੱਲੋਂ ਇਹਨਾਂ ਨੂੰ ਇਹਨਾਂ ਨੇ ਅਵਾਰਡ ਦਿੱਤਾ, ਤੇ ਬਾਕੀ ਬੁੱਕਸ ਨਹੀਂ ਹੈਗੀਆਂ ਇਹਨਾਂ ਨੂੰ। ਵੈਸੇ ਹੀ ਜਨਰਲੀ ਇੱਕ ਬਹੁਤ ਵਧੀਆ ਕਹਾਣੀਕਾਰ ਹੋਣ ਦੇ ਤੌਰ ਤੇ ਇਹਨਾਂ ਨੂੰ ਇਨਾਮ ਮਿਲਿਆ, ਇਹਨਾਂ ਵੱਲੋਂ ਦੀ ਇਨਾਮ ਮਿਲੇਗੇ। ਠੀਕ ਹੈ, ਲਿਖ ਲਓ ਇਹ। ਹਾਂਜੀ ਠੀਕ ਹੈ ਜੀ, ਇੰਨੇ ਹੀ ਕੁਐਸਚਨਸ ਨੇ, ਕਿੰਨੇ? 12, ਟੋਟਲ 12 ਕੁਐਸਚਨ ਨੇ ਬੇਟਾ। ਆਨਲਾਈਨ ਸਟੂਡੈਂਟਸ, ਅਗਰ ਕਿਸੇ ਦਾ ਕੋਈ ਕੁਐਸਚਨ ਰਹਿ ਗਿਆ ਹੋਏ ਤਾਂ ਪੁੱਛ ਸਕਦੇ ਹੋ, ਇੱਥੇ ਅਗਰ ਕਿਸੇ ਦਾ ਕੋਈ ਕੁਐਸਚਨ ਰਹਿ ਗਿਆ ਹੋਏ ਤਾਂ ਪੁੱਛ ਸਕਦੇ ਹੋ। ਐਨੀ ਡਾਊਟ? ਬਾਕੀ ਆਪਾਂ ਕਹਾਣੀ ਬਾਰੇ ਕੱਲ ਕਰਾਂਗੇ, ਠੀਕ ਹੈ, ਐਕਸਟਰਾ ਕੁਐਸਚਨਸ ਵੀ ਕੱਲ ਕਰਾਂਗੇ। ਸੋ ਬੁੱਧਵਾਰ ਨੂੰ ਆਪਾਂ ਆਪਣੀ ਨੈਕਸਟ ਸਟੋਰੀ ਸ਼ੁਰੂ ਕਰਾਂਗੇ, ਨਵੀਂ ਵਾਲੀ, ਸਾਂਝੀ ਕੰਧ। ਓਕੇ, ਹਾਂਜੀ।